ਹਰਿ ਤ੍ਰੀਤੇ ਕਹਿੰਦੇ ਨੇ ਇਹ ਤਨ ਮੇਰੇ ਮਨ ਚੋਂ ਬਣਿਆ ਹੈ ਬੜੇ ਧਿਆਨ ਨਾਲ ਸੁਣਨਾ ਉਹਦਾ ਇੱਕ ਛੱਦ ਹੈ ਇਸ ਮਹਾਪੁਰਸ਼ ਨੇ ਤਿੰਨ ਗ੍ਰੰਥ ਲਿਖੇ ਨੇ ਪਰਤ੍ਰੀ ਨੇ ਵੈਰਾਗ ਸ਼ਤਕ ਨੈਤੀ ਸ਼ਤਕ ਸ਼ਿੰਗਾਰ ਸ਼ਤਕ ਇਹਨਾਂ ਨੂੰ ਪੜ੍ਹ ਕੇ ਮੈਂ ਹੈਰਾਨ ਹੋਇਆ ਹੇ ਹੈਗਾ ਤੇ ਰਾਜਾ ਸੀ ਇੱਕ ਛੋਟੀ ਜਿਹੀ ਸਟੇਟ ਦਾ ਧਾਰ ਸਟੇਟ ਦਾ ਰਾਜਾ ਸੀ ਇੰਦੌਰ ਹੁਜੈਨ ਦੇ ਕੋਲ ਉੱਥੋਂ ਦਾ ਰਾਜਾ ਸੀ ਰਾਜਾ ਵਿਕਰਮਾਜੀਤ ਦਾ ਛੋਟਾ ਘਰਾਸੀ ਜਿਸ ਤਰ੍ਹਾਂ ਵਿਕਰਮਾਜੀਤ ਬੜਾ ਧਾਰਮਿਕ ਸੀ ਇਹ ਉਸ ਤੋਂ ਵੀ ਅੱਗੇ ਸੀ ਧਾਰਮਿਕ ਰੁਚੀਆਂ ਦਾ ਮਨੁੱਖ ਸੀ ਵੈ ਰਾਗ ਸ਼ਤਕ ਇਸ ਦਾ ਬਹੁਤ ਕੀਮਤੀ ਗ੍ਰੰਥ ਹੈ ਸਦਨਾ ਇਸ ਨੇ ਬੜੀ ਮਿਹਨਤ ਨਾਲ ਕੀਤੀ ਜੋ ਗੋਰਖ ਨੇ ਦਸੀ ਉਹਨਾਂ ਦੇ ਅਜ ਗੋਰਖ ਮੌਜੂਦ ਸਨ ਗੋਰਖ ਦੀ ਸੰਗਤ ਨਸੀਬ ਹੋਈ ਗੋਰਖ ਨੇ ਇਸ ਨੂੰ ਜੋਗੀ ਬਣਾਇ ਤਰ੍ਹਾਂ ਤਰ੍ਹਾਂ ਦੀਆਂ ਸਿੱਧੀਆਂ ਪ੍ਰਾਪਤ ਕਰਕੇ ਇਹ 84 ਸਿੱਧਾਂ ਦੇ ਸਿੱਧ شمار ਹੋਏ ਪਰਾਣਾ ਯਮ ਦੀ ਸਾਧਨਾ ਦੇ ਸਫਲਤਾ ਕਰਕੇ ਜ਼ਿੰਦਗੀ ਲੰਬੀ ਕਰ ਲੇ ਪ੍ਰਾਣਾ ਨੂੰ ਰੋਕ ਲਿਆ ਕਈ ਕਈ ਸਾਲ ਪ੍ਰਾਣਾ ਯਮ ਨਹੀਂ ਚੱਲਣ ਦੇਣੇ ਪ੍ਰਾਣਾ ਅਸੀਂ ਜੋ ਜ਼ਿੰਦਗੀ ਲੈ ਕੇ ਆਇਆ ਪ੍ਰਾਣਾ ਦੀ ਸਵਾਸਾਂ ਦੀ ਗਿਣਤੀ ਮਿਲਦੀ ਚੱਲਣੇ ਨਹੀਂ ਦਿੱਤੇ ਆਪ ਦੀ ਗਿਆਤ ਲਈ ਅਰਜ਼ ਕਰਾਂ ਗੁਰੂ ਨਾਨਕ ਦੇਵ ਜੀ ਦੇ ਵਕਤ ਇਹ ਵਰਤਰੀ ਮੌਜੂਦ ਸੀ ਉਹ ਸਵਕਤ ਮੌਜੂਦ ਸੀ ਬਾਕੀ ਗੋਰਖ ਦੇ ਚੇਲੇ ਉਥੇ ਨਹੀਂ ਰਹੇ ਨਵੇਂ ਚੇਲੇ ਮੌਜੂਦ ਸਨ ਪਰ ਪੁਰਾਣਿਆਂ ਚ ਭਰਤਰੀ ਭਰਤਰੀ ਦੇ ਪ੍ਰਤੀ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਿੰਨ ਸ਼ਬਦ ਨੇ ਆਸਾ ਰਾਗ ਵਿੱਚ ਇਹਨਾਂ ਤਿੰਨ ਸ਼ਬਦੀਆਂ ਦੀ ਸਿਰਫ ਮੈਂ ਦੋ ਦੋ ਪੰਕਤੀਆਂ ਤੁਹਾਡੇ ਸਾਹਮਣੇ ਰੱਖਾਂ ਪਹਿਲਾ ਪ੍ਰਸ਼ਨ ਕਿਦਰੇ ਭਰਤਰੀ ਦਾਸੀ ਤੁਹਾਡਾ ਮਤ ਕੀ ਹੈ ਤੁਹਾਡਾ ਧਰਮ ਕੀ ਹੈ ਤੁਹਾਡਾ ਰਸਤਾ ਕੀ ਹੈ ਗੁਰੂ ਨਾਨਕ ਦੇ ਕਿਉਂਕਿ ਗੋਰਖ ਦਾ ਇਹ ਰਸਤਾ ਹੈ ਬੁੱਧ ਦਾ ਇਹ ਰਸਤਾ ਹੈ ਮਹਾਵੀਰ ਦਾ ਇਹ ਰਸਤਾ ਹੈ ਸਨਾਤਨ ਧਰਮ ਦੇ ઋਸ਼ੀਆਂ ਦੇ ਇਹ ਇਹ ਰਸਤੇ ਨੇ ਵੱਖ-ਵੱਖ ਰਸਤੇ ਨੇ ਛੇ ਸ਼ਾਸਤਰਾਂ ਦੇ ਛੇ ਰਸਤੇ ਹੈ ਨਿਆਏ ਦੇ ਗੋਤਮ ਕੁਝ ਹੋਰ ਕਹਿੰਦੇ ਨੇ ਜੋਗ ਦੇ ਪਤੰਜਲੀ ਕੁਝ ਹੋਰ ਕਹਿੰਦੇ ਨੇ ਜੈਮਨੀ ਕੁਝ ਹੋਰ ਕਹਿੰਦੇ ਨੇ ਕਡਾਂਦ ਕੁਝ ਹੋਰ ਕਹਿੰਦੇ ਨੇ ਕਪਲ ਕੁਝ ਹੋਰ ਕਹਿੰਦੇ ਨੇ ਵਿਆਸ ਕੁਝ ਹੋਰ ਕਹਿੰਦੇ ਨੇ 6 ਸ਼ਾਸਤਰਾਂ ਦੇ 6 ਰਿਸ਼ਤੇ ਅਲਗ-ਅਲਗ ਰਸਤੇ ਨੇ ਵਾਕਵਕ ਰਸਤੇ ਮਹਾਤਮਾ ਬੁੱਧ ਕੁਝ ਹੋਰ ਕਹਿੰਦੇ ਨੇ ਔਰ ਸਵਾਮੀ ਮਹਾਵੀਰ ਵੇਰ ਕੁਝ ਹੋਰ ਕਹਿੰਦੇ ਨੇ ਤੇ ਮੈਂ ਫਿਰ ਇਹ ਵੀ ਅਰਜ਼ ਕਰਾਂ ਗਲਤ ਕੋਈ ਵੀ ਨਹੀਂ ਕਹਿੰਦਾ ਸਾਰੇ ਹੀ ਸਹੀ ਕਹਿੰਦੇ ਨੇ ਪਰ ਸਾਰੇ ਜੋ ਕਹਿ ਰਹੇ ਨੇ ਹੋਰ ਹੋਰ ਕਹਿ ਰਹੇ ਇੱਕ ਜੋ ਕੁਝ ਕਹਿ ਰਿਹਾ ਦੂਜਾ ਉਸ ਤੋਂ ਕੁਝ ਹੋਰ ਕਹਿ ਰਿਹਾ ਤੀਜਾ ਉਸ ਤੋਂ ਕੁਝ ਹੋਰ ਕਹਿ ਰਿਹਾ ਚੌਥਾ ਉਸ ਤੋਂ ਕੁਝ ਹੋਰ ਕਹਿ ਰਿਹਾ ਲੇਕਿਨ ਫਿਰ ਵੀ ਸਾਰੇ ਸਹੀ ਕਹਿ ਰਹੇ ਨੇ ਗਲਤ ਇੱਕ ਵੀ ਨਹੀਂ ਬੋਲੇ ਹੋਇਆ ਇੱਕ ਵੀ ਨਹੀਂ ਹੈ ਇਸਦੇ ਤੇ ਮੈਂ ਉਦਾਹਰਣ ਦੇਣਾ ਹੁਣਾ ਨਦੀਆਂ ਸਾਰੀਆਂ ਹੀ ਸਾਗਰ ਦੀ ਤਰਫ ਜਾਂਦੀਆਂ ਨੇ ਔਰ ਸਾਗਰ ਹੋਣ ਲਈ ਲਬਕਦੀਆਂ ਨੇ ਤੜਪਦੀਆਂ ਨੇ ਪਰ ਇੱਕ ਰਸਤੇ ਤੋਂ ਨਹੀਂ ਜਾਂਦੀਆਂ ਗੰਗਾ ਦਾ ਆਪਣਾ ਰਸਤਾ ਨਰਮਦਾ ਦਾ ਆਪਣਾ ਰਸਤਾ ਸਤਲਜ ਬਿਆਸ ਰਾਵੀ ਚਨਾਬ ਦਾ ਆਪਣਾ ਰਸਤਾ ਹੈ ਸਿੰਧ ਦਾ ਆਪਣਾ ਰਸਤਾ ਹੈ ਇਰਾਕ ਦੇ ਦਜਲਾ ਫਰਾਤ ਦਾ ਆਪਣਾ ਰਸਿਆ ਰਸਤਾ ਹੈ ਮਿਸਰ ਦੀ ਨੀਲ ਨਦੀ ਦਾ ਆਪਣਾ ਰਸਤਾ ਹੈ ਇੰਗਲੈਂਡ ਦੇ ਥੇਮ ਦਾ ਆਪਣਾ ਰਸਤਾ ਹੈ ਜਾਂਦੇ ਤੇ ਸਾਰੇ ਹੀ ਸਾਗਰ ਦੇ ਚ ਨੇ ਇੱਕ ਰਸਤੇ ਤੋਂ ਨਹੀਂ ਜਾਂਦੇ ਤੜਪ ਤੇ ਸਾਰੀਆਂ ਨਦੀਆਂ ਵਿੱਚ ਸਾਗਰ ਹੋਣ ਦੀ ਹੈ ਰਸਤਾ ਇੱਕ ਨਹੀਂ ਚੰਦ ਹੈ ਨਦੀਆਂ ਕੋਲ ਇਹ ਅਕਲ ਨਹੀਂ ਨਹੀਂ ਤੇ ਨਦੀਆਂ ਵੀ ਐਲਾਨ ਕਰ ਸਕਦੀਆਂ ਸਨ ਮੇਰਾ ਰਸਤਾ ਠੀਕ ਹੈ ਗੰਗਾ ਕਹਿ ਸਕਦੀ ਸੀ ਮੇਰਾ ਰਸਤਾ ਠੀਕ ਹੈ ਇਰਾਕ ਦੇ ਦਜਲਾ ਫਰਾਤ ਜਿਹੜੇ ਦੌੜ ਰਿਹਾ ਉਹਨਾਂ ਨੂੰ ਕਹਿ ਸਕਦੀ ਤੁਸੀਂ ਗਲਤ ਤੁਸੀਂ ਗਲਤ ਜਾ ਤੇ ਜੇ ਕਿਦਰ ਇਹਨਾਂ ਕੋਲ ਅਕਲ ਵੀ ਆਉਂਦੀ ਤੇ ਜ਼ਬਾਨ ਵੀ ਆਉਂਦੀ ਤੇ ਇਰਾਕ ਦਾ ਦਜਲਾ ਤੇ ਫਰਾਤ ਉਹਨੇ ਉੱਚੀ ਆਵਾਜ਼ ਨਾਲ ਕਹਿਣਾ ਸੀ सा रस्ता ठीक है गंगा गलत है सतलुज गल चंगा योजना की अकल उन्होंने को नहीं है यहोजिया जबान उन्होंने को नहीं है मनुख को गलत वरतों करके कहें नहीं इस्लाम ठीक है ईसाइयत गलत ईसाइयत ठीक है, है यहूदी गलत ने हिंदू ठीक ने बोधी गलत ने ਬੋਧ ਦੀ ਠੀਕ ਨੇ ਜੈਨੀ ਗਲਤ ਨੇ ਜੈਨੀ ਠੀਕ ਨੇ ਸਿੱਖ ਗਲਤ ਨੇ ਜਾਂ ਫਿਰ ਸਿੱਖ ਠੀਕ ਨੇ ਹਿੰਦੂ ਗਲਤ ਨੇ ਸਨਾਤਨੀ ਗਲਤ ਨੇ ਇਸ ਤਰ੍ਹਾਂ ਦੀ ਮਨੁੱਖੀ ਦੁਨੀਆ 'ਚ ਤੇ ਚਰਚਾ ਹੈ ਔਰ ਇਹ ਸਾਰੀਆਂ ਨਦੀਆਂ ਹੀ ਨੇ ਹੋਰ ਕੁਝ ਵੀ ਨਹੀਂ ਸਭ ਦਰਿਆ ਸਾਰਿਆਂ ਕੋਲ ਪਾਣੀ ਹੈ ਆਪਣੇ ਆਪਣੇ ਝਰਨੇ ਦਾ ਇੱਕ ਝਰਨਾ ਉਹਦਾ ਨਾਮ ਮੁਹੰਮਦ ਐਤੋ ਇਸਲਾਮ ਦਾ ਝਰਨਾ ਫਟਿਆ ਇੱਕ ਝਰਨੇ ਦਾ ਨਾਂ ਗੁਰੂ ਨਾਨਕ ਐ ਗੁਰਬਾਣੀ ਦਾ ਝਰਨਾ ਫਟਿਆ ਸਿੱਖ ਮਤ ਦਾ ਝਰਨਾ ਫਟਿਆ ਇੱਕ ਝਰਨੇ ਦਾ ਨਾਂ ਬੋਧ ਹੈ ਉਦੋਂ ਬੋਧ ਹੋਣ ਦਾ ਝਰਨਾ ਫਟਿਆ ਨਾਮ ਨੇ ਆ ਪਰ ਰਵਾਨੇ ਸਾਰਿਆਂ ਦੀ ਸਾਗਰ ਦੀ ਤਰਫ ਹੈ ਰਸਤਾ ਸਾਰਿਆਂ ਦਾ ਇੱਕ ਨਹੀਂ ਹੈ ਨਹੀਂ ਖੋਜ ਤੜਪ ਤੇ ਸਾਰਿਆਂ ਦੀ ਸਾਗਰ ਦੀ ਹੈ ਮਾਰਗ ਇੱਕ ਨਹੀਂ ਹੈ ਰਸਤਾ ਇੱਕ ਨਹੀਂ ਹੈ ਮੋੜ ਬੁੱਧੀ ਦੇ ਕਾਰਨ ਕਰਕੇ ਕਿਸੇ ਵਕਤ ਮੈਂ ਕਹਿੰਦਾ ਹੁੰਦਾ ਸੀ ਉਹ ਗਲਤ ਹੈ ਉਹ ਗਲਤ ਹੈ ਉਹ ਗਲਤ ਹੈ ਪਰ ਗੁਸਤਾਖੀ माफ ਗੁਰਵਾਣੀ ਪੜ੍ਹ ਕੇ ਜੋ ਸਮਝ ਆਈ ਕੋਈ ਗਲਤ ਨਹੀਂ ਕੋਈ ਗਲਤ ਨਹੀਂ ਸਭ ਦਰਿਆ ਸਾਗਰ ਦੀ ਤਰਫ ਹੀ ਜਾ ਰਹੇ ਔਰ ਕਿਧਰੇ ਵੀ ਨਹੀਂ ਜਾ ਰਹੇ ਸਾਰੀਆਂ ਹੀ ਨਦੀਆਂ ਸਮੁੰਦਰ ਦੀ ਤਰਫ ਜਾ ਰਹੀਆਂ ਨੇ ਔਰ ਕਿਧਰੇ ਵੀ ਨਹੀਂ ਜਾ ਰਹੀਆਂ ਤੇ ਜਦ ਸਮੁੰਦਰ ਵਿੱਚ ਲੀਨ ਹੋ ਜਾਂਦੀਆਂ ਨੇ ਤਾਂ ਸਮੁੰਦਰ ਹੀ ਹੋ ਜਾਂਦੀਆਂ ਨੇ ਨਾ ਉਥੇ ਗੰਗਾ ਲੱਭਦੀ ਏ ਨਾ ਦਜਲਾ ਲੱਭਦਾ ਨਾ ਉਥੇ ਫਰਾਤ ਮਿਲਦਾ ਏ ਨਾ ਥੇ ਮਿਲਦਾ ਨਾ ਉਥੇ ਸਤੁਜ ਲੱਭਦਾ ਨਾ ਦਰੈ ਸਿੰਧ ਲੱਭਦਾ ਨਾ ਬ੍ਰਹਮਪੁੱਤਰ ਲੱਭਦਾ ਬਸ ਸਾਗਰ ਦੇ ਇਤੇ ਸਾਗਰ ਹੀ ਲੱਭਦਾ ਜਦ ਵੀ ਕੋਈ ਪ੍ਰਮਾਤਮਾ ਦੇ ਚਲੇਨ ਹੋ ਜਾਂਦਾ ਏ ਉਹਦੀ ਗੋਤ ਖਤਮ ਹੋ ਜਾਂਦੀ ਏ ਵਰਨ ਖਤਮ ਹੋ ਜਾਂਦਾ ਉਹਦਾ ਮਜ਼ਬ ਤੱਕ ਖਤਮ ਹੋ ਜਾਂਦਾ ਕਿਉਂਕਿ ਪ੍ਰਮਾਤਮਾ ਦਾ ਕੋਈ ਮਜ਼ਬ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਾਤ ਮੈਂ ਸੰਗਤਾਂ ਦੇ ਸਾਹਮਣੇ ਰੱਖਦਾ ਹਾਂ ਜਪ ਸਾਹਿਬ ਨਮਸਤੰ ਅਮਜਵੇ ਨਮਸਤਸਤ ਅਜਵੇ ਨਮਸਕਾਰੇ ਪ੍ਰਭੂ ਤੇਰਾ ਕੋਈ ਮਜ਼ਬ ਨਹੀਂ ਕੋਈ ਮਜ਼ਬ ਨਹੀਂ ਨਮਸਤੰ ਅਵਜਵੇ ਗੁਰੂ ਗੋਬਿੰਦ ਸਿੰਘ ਜੀ ਨਮਸਤੰ ਅਮਜਵੇ ਨਮਸਤਸਤ ਅਜਵੇ ਏ ਅਜਬ ਸਰੂਪ ਪ੍ਰਮਾਤਮਾ ਨਮਸਕਾਰ ਹੈ ਤੇ ਇਹ ਅਮਾਜ਼ਮ ਤੇਰਾ ਕੋਈ ਮਜ਼ਮ ਨਹੀਂ ਮੈਂ ਤੈਨੂੰ ਨਮਸਕਾਰ ਕਰਦਾ ਭਰਤਰੀ ਦਾ ਪ੍ਰਸ਼ਨ ਹੈ ਗੁਰੂ ਨਾਨਕ ਤੇ ਤੁਹਾਡਾ ਮਜ਼ਬ ਤੁਹਾਡਾ ਰਸਤਾ ਤੁਹਾਡਾ ਮਤ ਹੁਣ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਦੜੇ ਸਿੱਖਾਂ ਨੇ ਅਪਣਾਇਆ ਹੁੰਦਾ ਤੇ ਰੂਹੇ ਜ਼ਮੀਨ ਦੇ ਚ ਗੁਰੂ ਨਾਨਕ ਦਾ ਰਸਤਾ ਅੱਜ ਇਤਨਾ ਵਿਸ਼ਾਲ ਆਉਂਦਾ ਸਾਰੇ ਇਸ ਮਾਰਗ ਤੇ ਚੱਲਦੇ ਕਿਉਂਕਿ ਸੁਖਹਿ ਨ ਮਾਰਗੇ ਗੁਰੂ ਨਾਨਕ ਆਪਣੇ ਰਸਤੇ ਬਾਰੇ ਦੱਸਦੇ ਨੇ ਸਾਡਾ ਮਤਕੀ ਸਗਲੀ ਜੋਤ ਹਮਾਰੀ ਸਮਿਆਂ ਨਾ ਨਾ ਵਰਨ ਅਨੇਕੰ ਇਹ ਜਗਤ ਦੇ ਵਿੱਚ ਵਖ ਵਖ ਵਰਨ ਤੇ ਇੱਕ ਮਜ਼ਬ ਸਗਲੀ ਜੋਤ ਹਮਾਰੀ ਸਮਿਆ ਨਾ ਨਾ ਵਰਨ ਅਨੇਕੰ ਕਹਿ ਨਾਨਕ ਸੁਣ ਬਰਤਰ ਜੋਗੇ ਪਾਰ ਬ੍ਰਹਮ ਲਿਵ ਇਕੰ ਐ ਭਰਤਰੀ ਨਾਨਕ ਸਮਝਾ ਰਹੇ ਤੁਹਾਨੂੰ ਕਹਿ ਰਹੇ ਨੇ ਇਹ ਜੋ ਵਖ ਵਖ ਵਰਨ ਨੇ ਧਰਮ ਨੇ ਮਜ਼ਬਬ ਨੇ ਸਾਰਿਆਂ ਦੇ ਨਾਲ ਚਲਣਾ ਤੇ ਸਾਰਿਆਂ ਨੂੰ ਨਾਲ ਚਲਾਣਾ ਬਸ ਗੁਰਨਾਣਿਕ ਦਾ ਇਹੀ ਮਤ ਹੈ ਹੋਰ ਕੋਈ ਮਤ ਨਹੀਂ ਹੋਰ ਕੋਈ ਮਤ ਨਹੀਂ ਸਬਦੇ ਨਾਲ ਚੱਲਣਾ ਸਭ ਨੂੰ ਨਾਲ ਚਲਾਣਾ ਬਸ ਇਹੀ ਮਤ ਮੇਰਾ ਹੋਰ ਕੋਈ ਮਤ ਨਹੀਂ ਗੁਰਨਾਣਿਕ ਦੇ ਨਾਲ ਜੈਨੇ ਵੀ ਚੱਲ ਸਕਦਾ ਹੈ ਮੁਸਲਿਮ ਵੀ ਚੱਲ ਸਕਦਾ ਹੈ ਵਖ ਵਰ ਵਰਨਾ ਦੇ ਸਾਧੂ ਵੀ ਚੱਲ ਸਕਦੇ ਨੇ ਬਰਾਗੀ ਵੀ ਚੱਲ ਸਕਦੇ ਨੇ ਸੰਨਿਆਸੀ ਵੀ ਚੱਲ ਸਕਦੇ ਨੇ ਰਾਮਾਨੰਦ ਬਰਾਗੀ ਚੱਲ ਹੀ ਰਿਹਾ ਬਸ ਸੁਲਮਾਨੁ ਫਰੀਦ ਚੱਲ ਹੀ ਰਿਹਾ ਕਬੀਰ ਚੱਲ ਹੀ ਰਿਹਾ ਪੰਡਿਤ ਜੈਦੇਵ ਚੱਲ ਹੀ ਰਿਹਾ ਸ਼ੋਧਨ ਕਹਿ ਲਾਣ ਵਾਲੇ ਰਵਦਾਸ ਤੇ ਕਬੀਰ ਚੱਲਦੇ ਹੀ ਬਹਿਨੇ ਨਾ ਸਬਦੇ ਨਾਲ ਚੱਲਣਾ ਸਾਰਿਆਂ ਨੂੰ ਨਾਲ ਚਲਾਣਾ ਬਸ ਨਾਨਕ ਦਾ ਇਹੀ ਮਤ ਹੈ ਹੋਰ ਕੋਈ ਮਤ ਨਹੀਂ ਹੋਰ ਕੋਈ ਸੰਸਾਰ ਦੇ ਚ ਰਹਿਣ ਦੀ ਕਿਦਰੇ ਜੁਗਤੀ ਪੁੱਛੀ ਹੈ ਭਰਤਰੀ ਨੇ ਕਿਉਂਕਿ ਘਰ-ਬਾਰ ਛੋੜ ਆਇਆ ਸੀ ਪਤਨੀ ਨੂੰ ਛੋੜ ਆਇਆ ਸੀ ਰਾਜ-ਪਾਟ ਛੋੜ ਆਇਆ ਸੀ ਗੋਰਖ ਤੇ ਕੈਨੇ ਦੇ ਉੱਤੇ ਜਦ ਪਹਿਲੀ ਵਾਰ ਭਿਕਸ਼ਾ ਮੰਗਣ ਲਈ ਗਏ ਉਸ ਸ਼ਹਿਰ ਦੇ ਚ ਜਿਸ ਸ਼ਹਿਰ ਦਾ ਇਹ ਰਾਜਾ ਸੀ ਭੇਜੇ गोरख ने जा बिक्षा मंग के लिया रो पिया गुरु नानक देव जी महाराज कहते रो वे राजे कन्न पड़ाए घर घर मांगे खपर चुक के जब दर दर ते चुटकी भिक्षा मंगनी पई भरतरी तेजार रो पे गोपी जारो जार रो, जार रो हैं ਲੱਖਾਂ ਦਾ ਮੈਦਾਨ ਕਰਨ ਵਾਲਾ ਸੀ ਛੁਟਕੀ ਛੁਟਕੀ ਆਟਾ ਘਰੋਂ ਮੰਗਣ ਤੜਪ ਉਠਿਆ ਸੀ ਰੋ ਉਠਿਆ ਸੀ ਪਰ ਹੁਣ ਪੱਕੇ ਇਰਾਦੇ ਦਾ ਬੰਦਾ ਸੀ ਦ੍ਰਿੜ ਇਰਾਦੇ ਦਾ ਬੰਦਾ ਸੀ ਸਾਰੀਆਂ ਮੁਸੀਬਤਾਂ ਸਹਿ ਲਈ ਸਾਰੀ ਸਾਧਨਾ ਕੀਤੀ ਲੇਕਿਨ ਖੇਡ ਉਹ ਨਾ ਬਣੀ ਜੋ ਬਣਨੀ ਚਾਹੀਦੀ ਸੀ ਇਹ ਨਦੀ ਸਾਗਰ ਦੇ ਸਾਗਰ ਨਾ ਇਹ ਕਿਰਨ ਸੂਰਜ ਦੇ ਸੂਰਜ ਨਾ ਹੋ ਗੁਰੂ ਨਾਨਕ ਨੂੰ ਕਹਿਣਾ ਪਿਆ ਤੈਨੂੰ ਰਾਜ ਸਿੰਘਾਸਣ ਛੋੜਨ ਦੀ ਲੋੜ ਨਹੀਂ ਸੀ ਤੈਨੂੰ ਆਪਣੀ ਪਤਨੀ ਛੋੜਨ ਦੀ ਲੋੜ ਨਹੀਂ ਸੀ ਤੈਨੂੰ ਆਪਣੀ ਧਨ ਸੰਪਦਾ ਮਹਿਲ ਬਾੜੀਆਂ ਛੋੜਨ ਦੀ ਲੋੜ ਨਹੀਂ ਸੀ ਕਮ ਸੇ ਕਮ ਤੂੰ ਇਸ ਫੁੱਲ ਦੇ ਕੋਲੋਂ ਹੀ ਸਿੱਖ ਲੈਂਦਾ ਕਿਸ ਕੋਲੋਂ ਕਮਲ ਕੋਲ ਇਹਦੇ ਬਾਰੇ ਹੁਣ ਗੁਰੂ ਨਾਨਕ ਸਮਝਾਉਂਦੇ ਨੇ ਪਰ ਤ੍ਰੀ ਨੂੰ ਜਲ ਤੇ ਉਪਜੇ ਜਲ ਤੇ ਦੂਰ ਜਲ ਵਿੱਚ ਜੋਤ ਰਿਆ ਭਰਪੂਰ ਸੁਣ ਭਰਤਰ ਮੁਖਾਤਬ ਕਰਦੇ ਨੇ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਦਿ ਪੈਤਾ ਤੇ ਜਲ ਦੇ ਚੋਇਆ ਹੈ ਇਹ ਕਮਲ ਜੀਵਦਾ ਵੀ ਜਲ ਦੇ ਆਸਰੇ ਤੇ ਪਿਆ ਹੈ ਇਹ ਕਮਲ ਪਰ ਵਜ਼ਬ ਦੀ ਗੱਲ ਜਿਹਦੇ ਆਸਰੇ ਦੇ ਚ ਜੀਵਦਾ ਪਿਆ ਤੇ ਜਿਹਦਾ ਸਦਕਾ ਇਸ ਦਾ ਜਨਮ ਹੋਇਆ ਇਹ ਉਹਦੇ ਚ ਡੁੱਬਿਆ ਨਹੀਂ ਵਰਕ ਨਹੀਂ ਜੀਵਣਾ ਤੇ ਰੋਟੀ ਦੇ ਆਸਰੇ ਤੇ ਚੱਲਦਾ ਪਿਆ ਭੋਜਨ ਦੇ ਆਸਰੇ